Oh,
ਜਦੋਂ ਗੁਰੂ ਮਹਾਰਾਜ ਦੇ ਸਨਮੁਖ ਹੋਏ ਆ ਬਾ ਆਏ ਦਾਤੇ ਦੇ ਤੇਰੇ ਹਿਰਦੇ ਅੰਦਰ ਇੱਕ ਭਾਵਨਾ ਪੈਦਾ ਕੀਤੀ ਹੈ ਕਿ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮੇ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਐਡੀ ਵੱਡੀ ਮਹਾਨ ਕਿਰਪਾ ਕਰ ਦਿੱਤੀ ਔਰ ਗੁਰੂ ਦਿਆ ਸਿੱਖਾਂ ਸਾਰੇ ਸੰਸਾਰ ਦੇ ਨਾਲ ਤੈਨੂੰ ਇੱਕ ਵੱਖਰਾ ਰੂਪ ਦਿੱਤਾ ਹੈ ਤੈਨੂੰ ਇੱਕ ਵੱਖਰੀ ਸ਼ਾਨ ਦਿੱਤੀ ਏ ਤੈਨੂੰ ਇੱਕ ਵੱਖਰੀ ਗਿਰਤ ਦਿੱਤੀ ਏ ਚਾਰ ਮਿਲੇ ਚੌਂਸਠ ਖਿਲੇ ਬੀਸ ਮਿਲੇ ਕਰ ਜੋੜ ਗੁਰ ਸਿੱਖ ਕੋ ਗੁਰ ਸਿੱਖ ਮਿਲੇ ਖਿਲਿਆ ਸਾਤ ਕਰੋੜ ਸਾਇੰਸ ਕਹਿੰਦੀ ਏ ਕਿ ਇੱਕ ਬੰਦੇ ਦੇ ਸਰੀਰ ਉੱਤੇ 3.5 ਕਰੋੜ ਰੋਮ ਨੇ ਅੱਜ ਪਤਾ ਲੱਗਾ ਪਰ ਮੇਰੇ ਗੁਰੂ ਨੇ ਅੱਜ ਤੋਂ ਕਰਮਾਂ ਵਾਲੇ ਉਹ 325 ਸਾਲ ਪਹਿਲਾਂ ਬਾਬਾ ਨਾਨਕ ਨੇ ਆਪਾਂ ਨੂੰ ਗੁਰੂ ਕੀ ਸੰਗਤ 500 ਸਾਲ ਪਹਿਲਾਂ ਆਸਾ ਜੀ ਦੀ ਪਵਿੱਤਰ ਵਾਰ ਦਿੱਤੀ ਗੁਰੂ ਕੇ ਸਤਿਕਾਰ ਜੋ ਕੀਰਤਨੀ ਹੈ ਆਸਾ ਜੀ ਦੀ ਪਵਿੱਤਰ ਵਾਰ ਦੀਆਂ ਪੌੜੀਆਂ ਗਿਣ ਲਈਏ ਖਾਲਸਾ ਜੀ ਸਲੋਕ ਗਿਣ ਲਈਏ ਸ਼ੰਖ ਗਿਣ ਲਈਏ ਉਹਨਾਂ ਦੀ ਗਿਣਤੀ ਬਣਦੀ ਹੈ 84 ਸਤਿਗੁਰੂ ਅਮਰਦਾਸ ਮਹਾਰਾਜ ਨੇ ਮਨੁੱਖ ਨੂੰ ਟੁੱਭਾ ਲਾਉਣ ਵਾਸਤੇ ਸੱਚ ਖੰਡ ਬੌਲੀ ਦਿੱਤੀ ਨਿਰਮਾਣਤਾ ਵਿੱਚ ਮੇਰਾ ਸਿੱਖ ਉਤਰਦਾ ਜਾਵੇ ਇਹ ਸਰੋਵਰ ਦੇ ਵਿੱਚ ਟੁੱਭਾ ਲਾਉਣ ਵਾਸਤੇ ਉਹਦੀ ਵੀ ਗਿਣਤੀ ਹੈ ਕਰਮਾਂ ਵਾਲੀ ਉਹ 84 ਇੱਕ ਭੇਦ ਦੀ ਗੱਲ ਹਰੀ ਮੰਦਿਰ ਸਾਹਿਬ ਚਲੇ ਜਾਓ ਦਰਸ਼ਨੀ ਡਿਊੜੀ ਤੋਂ ਲੈ ਕੇ ਸੱਚਖੰਡ ਤੱਕ ਜਾਣ ਵਾਸਤੇ ਮਨੁੱਖ ਕਦਮਾਂ ਪੱਟਦਾ ਹੈ ਵੱਡੀਆਂ ਪੱਟ ਲਓ ਛੋਟੀਆਂ ਪੱਟ ਲਓ ਗੁਰੂ ਰਾਮਦਾਸ ਤੋਂ ਵੱਡੇ ਨਹੀਂ ਹੋ ਸਕਦੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਵੀ ਗਿਣਤੀ ਕਰਮਾਂ ਵਾਲੀ ਉਹ 84 ਵੱਡਿਆਂ ਨੇ ਸਾਡੇ ਨਾਲ ਸ਼ਰਤਾਂ ਲਾਈਆਂ ਅਸੀਂ ਛੋਟੀਆਂ ਪੱਟ ਲਵਾਂਗੇ ਗਿਣਤੀ ਵੱਡੀ ਹੋ ਜਾਵੇਗੀ ਵੱਡੀਆਂ ਕਰਮਾਂ ਪੱਟਾਂਗੇ ਮੈਂ ਕਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਵੱਡੇ ਨਹੀਂ ਜੇ ਬਣ ਸਕਦੇ ਉਹ ਵੀ ਗਿਣਤੀ ਹੈ 84 ਤੇ ਬਾਜਾਂ ਵਾਲੇ ਗੁਰੂ ਨੇ 84 ਨੂੰ ਸੰਪੂਰਨ ਕੀਤਾ ਚਾਰ ਮਿਲੇ ਦੋ ਹੱਥ ਮੇਰੇ ਨੇ ਦੋ ਤੁਹਾਡੇ ਨੇ ਕਰਮਾਂ ਵਾਲੀ ਉਹ 64 ਖਿਲੇ ਸੁਭਾਵਿਕ ਗੱਲ ਹੈ ਪਰਸੋਂ ਦੇ ਤੁਹਾਡੇ ਚਰਨਾਂ ਵਿੱਚ ਆਏ ਆ ਪਰਸੋਂ ਦੇ ਹਾਥੀ ਮਿਲੇ ਹੋਏ ਨੇ ਤੇ ਕਰਮਾਂ ਵਾਲੇ ਉਹ ਜਦੋਂ ਹੱਥ ਮਿਲਦੇ ਨੇ ਫਿਰ ਬੱਤੀ ਦੰਦਾਂ ਵਿੱਚ ਖੁਸ਼ੀ ਆਉਂਦੀ ਹੈ ਚਾਰ ਮਿਲੇ 64 ਖਿਲੇ 20 ਮਿਲੇ ਕਰ ਜੋੜ ਇਹਨਾਂ ਹੱਥਾਂ ਦੀਆਂ ਉਂਗਲਾਂ ਨੇ 20 ਗੁਰ ਸਿੱਖ ਕੋ ਗੁਰ ਸਿੱਖ ਮਿਲੇ ਖਿਲਿਆ 7 ਕਰੋੜ
32 ਤੇ 32 64 64 ਤੇ 20 84 ਫਤਿਹ ਵਿੱਚ ਵੀ 84 ਹੈ ਮੇਰਾ ਸਿੱਖ 84 ਦੇ ਚੱਕਰ ਵਿੱਚੋਂ ਬਾਹਰ ਆ ਜਾਵੇ ਜੋੜੀਏ ਬਿਰਤੀਆਂ ਗੁਰੂ ਪਿਤਾ ਦੇ ਚਰਨਾਂ ਦੇ ਨਾਲ ਆਓ ਖੁਸ਼ਕਿਸਮਤ ਫਿਰ ਤੇਰੇ ਲਈ ਹਰ ਰਾਤ ਦੀਵਾਲੀ ਹੋਵੇਗੀ ਇਸ ਪੱਤੇ ਦਿਲ ਦਿਆਂ ਦਾਗਾਂ ਦੇ ਤੂੰ ਦੀਪ ਜਗਾ ਕੇ ਦੇਖ ਤਾਂ ਸਹੀ ਤੂੰ ਸੁੱਤਾ ਏ ਤਾਂ ਸੁੱਤੀ ਏ ਕਿਸਮਤ ਵੀ ਤੇਰੀ ਬੇਖਬਰਾ ਦੁਨੀਆਂ ਦਾ ਪਾਸਾ ਪਰਤੇ ਦਾ ਪਾਸਾ ਪਰਤਾ ਕੇ ਦੇਖ ਤਾਂ ਸਹੀ ਔਰ ਜੀਵਨ ਜੋਗਿਆ ਤੇਰੇ ਤੋਂ ਫਿਰ ਮੌਤ ਵੀ ਜੀਵਨ ਬਾਰੇ ਕੀ ਤੂੰ ਆਪਣੇ ਦਿਲ ਕੋ ਦੂਈ ਨਾ ਇਹ ਪਰਦਾ ਜਾ ਕੇ ਦੇਖ ਤਾਂ ਸਹੀ ਪਲ ਦੇ ਵਿੱਚ ਮਾਰੂ ਵਹਿਣਾ ਦਾ ਇਹ ਬਿਮਾਨ ਹਵਾ ਹੋ ਜਾਤ ਦਾ ਮਸਤਾਰ ਕਹਾਣੀ ਛੱਲਾਂ ਤੇ ਤੂੰ ਕਾਠੀ ਪਾ ਕੇ ਵੇਖ ਤਾਂ ਸਹੀ ਜੋ ਦੁਨੀਆਂ ਆਪਣੀ ਹਸਤੀ ਮਿਟਾ ਕੇ ਵੇਖ ਤਾਂ ਸਹੀ ਬੰਦਾ ਕਿਹੜੀ ਹਸਤੀ ਦਾ ਮਾਣ ਕਰਦਾ ਹੈ ਕਰਮਾਂ ਵਾਲਿਆ ਅਕਾਲ ਪੁਰਖ ਨੇ ਤੇਰੇ ਤੇ ਕਿਰਪਾ ਕੀਤੀ ਹੈ ਜਿਨ੍ਹਾਂ ਨੇ ਆਪਣੀ ਹਸਤੀ ਨੂੰ ਮਿਟਾ ਲਿਆ ਅਕਾਲ ਪੁਰਖ ਨੇ ਉਹਨਾਂ ਮਿੱਟੀ ਵਿੱਚ ਰੁੜਿਆ ਹੋਇਆ ਨੂੰ ਚੱਕ ਕੇ ਤਖਤ ਤੋਂ ਤਾਜ ਦੇ ਮਾਲਕ ਬਣਾ ਦਿੱਤਾ ਚੱਲੀਏ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਦੱਖਣ ਦੇਸ਼ ਗੋਦਾਵਰੀ ਨਦੀ ਦਾ ਕੰਢਾ ਇੱਥੋਂ ਗੱਲ ਆਰੰਭ ਕਰਨੀ ਹੈ ਸਮੇਂ ਵਿੱਚ ਰਹਿ ਕੇ ਖਾਲਸਾ ਜੀ ਵਾਰ ਤੱਕ ਪਹੁੰਚਣ ਦਾ ਯਤਨ ਕਰਾਂਗਾ ਮਨੁੱਖੀ ਜਾਮੇ ਦੇ ਵਿੱਚ ਰਹਿੰਦਿਆਂ ਹੋਇਆਂ ਪੂਰੀ ਦੁਨੀਆਂ ਦੇ ਵਿੱਚ ਘੁੰਮ ਕੇ ਕਿਸੇ ਵੀ ਬੰਦੇ ਦਾ ਗੁਰੂ ਕੀ ਸੰਗਤ ਸੁਭਾਅ ਨਹੀਂ ਬਦਲਿਆ ਵਿਦਵਾਨ ਬੈਠੇ ਹੋ ਤੁਸੀਂ ਹੈਰਾਨ ਹੋਵੋਗੇ ਜੇ ਗੁਰੂਆਂ ਨੇ ਕਿਸੇ ਦਾ ਸੁਭਾਅ ਨਹੀਂ ਬਦਲਿਆ ਤੇ ਬਦਲਿਆ ਕੀ ਗੁਰੂ ਨਾਨਕ ਤੋਂ ਲੈ ਕੇ ਕਲਗੀਧਰ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਗੁਰੂ ਮਹਾਰਾਜ ਨੇ ਏਡੀ ਕਿਰਪਾ ਕੀਤੀ ਮਨੁੱਖਤਾ ਦੇ ਉੱਤੇ ਜੇ ਸਤਿਗੁਰੂ ਨਾਨਕ ਦੇਵ ਘੁੰਮੀਏ ਚੋਰ ਦੇ ਕੋਲ ਗਏ ਉਹਨੂੰ ਪੁੱਛਿਆ ਰੋਟੀ ਖਾਵਾਂਗੇ ਪਹਿਲਾਂ ਇਹ ਦੱਸ ਤੂੰ ਕਰਦਾ ਕੀ ਕਹਿੰਦਾ ਮਹਾਰਾਜ ਅੱਜ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਸਤਿਗੁਰੂ ਜੀ ਕਹਿੰਦੇ ਅਸੀਂ ਪੁੱਛਿਆ ਇਹ ਉੱਤਰ ਦੇ ਤੇਰੇ ਘਰ ਦਾ ਭੋਜਨ ਤਾਂ ਛਕਾਂਗੇ ਕਹਿੰਦਾ ਮੈਂ ਚੋਰ ਆ ਚੋਰੀਆਂ ਕਰਦਾ ਕਿਸੇ ਇਤਿਹਾਸ ਵਿੱਚੋਂ ਦਲੀਲ ਨਹੀਂ ਮਿਲਦੀ ਕਿ ਗੁਰੂ ਨਾਨਕ ਨੇ ਆਖਿਆ ਹੋਵੇ ਚੋਰੀ ਕਰਨੀ ਪਾਪ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਸੁਭਾਅ ਜਿਹੜਾ ਸੀ ਚੋਰਾਂ ਵਾਲਾ ਸੀ ਸੁਭਾਅ ਨਹੀਂ ਬਦਲਿਆ ਉਹਦੀ ਦਿਸ਼ਾ ਬਦਲ ਦਿੱਤੀ ਕਹਿੰਦੇ ਤਿੰਨ ਬਚਨ ਦੇ ਦੇ ਉਹ ਆਉਣ ਵਾਲੇ ਦਿਨਾਂ ਵਿੱਚ ਜ਼ਿਕਰ ਕਰਾਂਗਾ ਜਿਹੜੇ ਬਹਾਦਰ ਯੋਧੇ ਦੀ ਗੱਲ ਮੈਂ ਅੱਜ ਤੁਹਾਡੇ ਕਦਮਾਂ ਅੰਦਰ ਸਾਧ ਸੰਗਤ ਜੀ ਕਰਨ ਲੱਗਾ ਇਹਨੇ ਕਸ਼ਮੀਰ ਦੀਆਂ ਪਹਾੜੀਆਂ ਅੰਦਰ ਇੱਕ ਬੜੇ ਵੱਡੇ ਖੱਤਰੀ ਘਰਾਣੇ ਰਾਜਪੂਤ ਦੇ ਘਰ ਜਨਮ ਲਿਆ ਮਾਂ ਨੇ ਮੱਖਣਾ ਤੇ ਚਾਵਾਂ ਦੇ ਨਾਲ ਪੁੱਤਰ ਨੂੰ ਪਾਲਿਆ ਪਿਓ ਨੇ ਤੀਰ ਅੰਦਾਜ਼ੀ ਘੋੜਾ ਸਵਾਰੀ ਵਿੱਚ ਨਿਪੁੰਨ ਕਰ ਦਿੱਤਾ 16 ਸਾਲ ਦਾ ਮਾਂ ਦਾ ਪੁੱਤਰ ਮਾਂ ਨੂੰ ਮੱਥਾ ਟੇਕ ਕੇ ਘੋੜੇ ਤੇ ਸਵਾਰ ਹੋਇਆ ਖਿੱਚੀਆਂ ਵਾਟਾਂ ਲਾਈ ਅੱਡੀ ਆ ਗਿਆ ਨਦੀ ਦੇ ਕੰਢੇ ਹਿਰਨੀ ਪਾਣੀ ਪੀ ਰਹੀ ਆ ਪੱਥੇ ਚੋਂ ਤੀਰ ਕੱਢ ਕਮਾਨ ਦੀ ਤੰਬੀ ਉੱਤੇ ਚੜਾਇਆ ਟ੍ਰੇਨਿੰਗ ਦਿੱਤੀ ਪਿਓ ਨੇ ਖਿੱਚ ਕੇ ਤੀਰ ਜਦੋਂ ਮਾਰਿਆ ਨਿਸ਼ਾਨੇ ਤੇ ਹਿਰਨੀ ਤੜਫ ਕੇ ਧਰਤੀ ਤੇ ਡਿੱਗੀ ਘੋੜਾ ਮਗਰ ਲਾਇਆ ਉਤਰਿਆ ਘੋੜੇ ਤੋਂ ਇਹਦਾ ਪੇੜ ਚਾ ਕੀਤਾ ਹਿਰਨੀ ਦੇ ਪ੍ਰਾਣ ਪੰਖੇਰੂ ਹੋ ਗਏ ਪੇਟ ਵਿੱਚੋਂ ਦੋ ਬੱਚੇ ਨਿਕਲ ਕੇ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਪ੍ਰਾਣ ਤਿਆਗ ਗਏ ਮਨ ਬਦਲ ਗਿਆ ਹਿਰਦਾ ਕੰਬ ਉੱਠਿਆ ਕਾਨੀਆਂ ਭੰਨ ਦਿੱਤੀਆਂ ਮਾਂ ਪਿਓ ਨੂੰ ਛੱਡ ਕੇ ਪੰਜਾਬ ਦੀ ਧਰਤੀ ਅੰਦਰ ਆ ਗਿਆ ਅੰਮ੍ਰਿਤਸਰ ਤੋਂ ਲਾਹੌਰ ਨੂੰ ਜਾਓ ਜਾਨਕੀ ਦਾਸ ਸਾਧੂ ਦਾ ਇੱਕ ਡੇਰਾ ਆਉਂਦਾ ਹੈ ਸਤਸੰਗ ਜੀ ਮਰਨ ਲੱਗਾ ਸਾਧੂ ਕਿਸੇ ਚੇਲੇ ਲਈ ਭਾਲੇ ਇਹ ਉਹਦੇ ਕਾਬੂ ਆ ਗਿਆ ਉਹਨੇ ਲੁਰਿੰਦੀਆਂ ਸਿੱਧੀਆਂ ਦਾ ਮਾਲਕ ਬਣਾ ਦਿੱਤਾ ਪੰਜਾਬ ਦੇ ਅੰਦਰ ਮਨ ਨਹੀਂ ਲੱਗਾ ਤੁਰਦਾ ਤੁਰਦਾ ਰਾਜਸਥਾਨ ਬੀਕਾਨੇਰ ਦੇ ਝੱਲਾਂ ਵਿੱਚ ਅਗਰਨਾਥ ਜੋਗੀ ਦੇ ਕਾਬੂ ਆ ਗਿਆ ਨੌਜਵਾਨ ਨੌਜਵਾਨੋ ਧਿਆਨ ਦਿਓ ਜ਼ਰਾ ਅਗਰਨਾਥ ਜੋਗੀ ਨੇ ਇਹਨੂੰ ਤੰਤਰ ਸਿਖਾ ਦਿੱਤੇ ਮੰਤਰ ਸਿਖਾ ਦਿੱਤੇ ਉਹਨਾਂ ਮੰਤਰਾਂ ਤੰਤਰਾਂ ਨਾਲ ਉਸ ਕਾਲੀ ਵਿਦਿਆ ਦੇ ਨਾਲ 8-8 ਬੀਲ ਆਪਣੇ ਮੰਤਰਾਂ ਵਿੱਚ ਪੀਲ ਕੇ ਗੋਦਾਵਰੀ ਨਦੀ ਦਾ ਕੰਢਾ ਪਸੰਦ ਕਰ ਲਿਆ
ਇੱਥੇ ਆਏ ਜਿਹੜਾ ਪਹਿਲਾਂ ਜੀਉ ਆਇਆ ਕਹਿ ਕੇ ਸਤਿਕਾਰ ਕਰਦਾ, ਮੁੜ ਕੇ ਆਪਣੀ ਕੁਟੀਆ ਵਿੱਚ ਡੱਠੇ ਪਲੰਗ ਦੇ ਉੱਤੇ ਬਿਠਾ ਕੇ ਆਪਣੀਆਂ ਮਨ ਪ੍ਰਸਿੱਧੀ ਨਾਲ ਵੀਰਾਂ ਨੂੰ ਹੁਕਮ ਦਿੰਦਾ ਕਿ ਪਲੰਗ ਚੱਕ ਕੇ ਉੱਪਰ ਲੈ ਜਾਓ। ਬੜਿਆਂ ਲੋਕਾਂ ਦਾ ਅਪਮਾਨ ਕੀਤਾ। ਅੱਜ ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇਹਦਾ ਖਾਲਸਾ ਜੀ ਮੱਥਾ ਲੱਗ ਚੁੱਕਾ ਹੈ। ਗੱਲ ਮੈਂ ਸਪੀਡ ਵਿੱਚ ਤਾਂ ਕਰ ਰਿਹਾ ਕਿ ਟਿਕਾਣੇ ਉੱਤੇ ਪਹੁੰਚਣਾ। ਇੱਕ ਸੁਨੇਹਾ ਹੈ, ਇੱਕ ਮੈਸੇਜ ਹੈ ਜਿਹੜਾ ਪੰਜਾਬ ਦੀ ਧਰਤੀ ਤੋਂ ਗੁਰੂ ਸਾਹਿਬ ਦਾ ਲੈ ਕੇ ਸੰਗਤ ਜੀ ਤੁਹਾਡੇ ਲਈ ਆਇਆ। ਮੈਂ ਪਹਿਲੇ ਦਿਨ ਵਿੱਚ ਹੀ ਤੁਹਾਨੂੰ ਕਹਿ ਜਾਵਾਂ, ਜਦੋਂ ਮਹਾਰਾਜ ਦੇ ਡੇਰੇ ਵੱਲ ਨੂੰ ਜਾਂਦੇ ਸੀ, ਰਾਹ ਦੇ ਵਿੱਚ ਇੱਕ ਦਾਦੂ ਦੁਆਰਾ ਆਉਂਦਾ। ਦਾਦੂ ਦੀ ਕਬਰ ਨੂੰ ਕਲਗੀਧਰ ਨੇ ਤੀਰ ਦੇ ਨਾਲ ਨਮਸਕਾਰ ਕੀਤੀ ਸੀ, ਇਹ ਪਰਖਣ ਵਾਸਤੇ ਕਿ ਜਿਹੜੀ ਯੁਗਤੀ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਅੰਦਰ ਆਪਣੇ ਸਿੱਖਾਂ ਨੂੰ ਸਮਝਾਈ ਸੀ ਕਿ ਇਹਨਾਂ ਦੇ ਦਿਲਾਂ ਵਿੱਚ ਜਵਾਲਾ ਬਚਦੀ ਹੈ। ਮਹਾਰਾਜ ਦੇ ਘੋੜੇ ਦੇ ਅੱਗੇ ਆਣ ਕੇ ਸਿੰਘਾਂ ਨੇ ਹੁਕਮ ਕੀਤਾ, ਦਾਦਾ ਜੀ ਸਾਨੂੰ ਆਹ ਗੱਲ ਕਹਿੰਦੇ ਹੋ ਤੇ ਆਪ ਦੁਨੀਆਂ ਦੇ ਮਾਲਕ ਕਹਿੰਦੇ ਨਾ, ਸਜ਼ਾ ਭੁਗਤਣ ਵਾਸਤੇ, ਸੇਵਾ ਭੁਗਤਣ ਵਾਸਤੇ ਪੰਥ ਮੈਨੂੰ ਹੁਕਮ ਦੇਵੇ, ਮੈਂ ਤਿਆਰ ਹਾਂ। ਮੈਂ ਤੇ ਪਰਖਣਾ ਚਾਹੁੰਦਾ ਸੀ ਕਿ ਉਹ ਸਪਿਰਿਟ, ਉਹ ਜਜ਼ਬਾ ਮੇਰੇ ਸਿੱਖਾਂ ਦੇ ਅੰਦਰ ਹੈਗਾ ਹੈ ਕਿ ਰਾਹ ਵਿੱਚ ਖਤਮ ਹੋ ਗਿਆ। ਦਾਦੂ ਦੇ ਚੇਲਿਆਂ ਨੇ ਮਹਾਰਾਜ ਦਾ ਬੜਾ ਸਤਿਕਾਰ ਕੀਤਾ, ਤੁਹਾਡੇ ਲਈ ਸੁਨੇਹਾ ਕੀ ਹੈ? ਮਹਾਰਾਜ ਕਹਿੰਦੇ ਵੀ ਸਾਨੂੰ ਨਦੇੜ ਪਿੰਡ ਦਾ ਰਾਹ ਦੱਸੋ ਹਜ਼ੂਰ ਸਾਹਿਬ ਦਾ। ਦਾਦੂ ਦੇ ਚੇਲੇ ਕੰਬਣ ਲੱਗ ਪਏ, ਕਹਿੰਦੇ ਦਾਦਾ ਜੀ ਜਿੱਥੇ ਮਰਜ਼ੀ ਚਲੇ ਜਾਵੋ ਪਰ ਉੱਥੇ ਨਾ ਜਾਏ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਇੱਕ ਵਿਗੜਿਆ ਮਨੁੱਖ ਰਹਿੰਦਾ ਹੈ, ਉਹਦੇ ਕੋਲ ਅੱਠ ਅੱਠ ਵੀਰ ਆਪਣੇ ਮੰਤਰਾਂ ਵਿੱਚ ਕੀਲੇ ਹੋਏ ਨੇ। ਜਦੋਂ ਦਾਦੂ ਦੇ ਚੇਲਿਆਂ ਨੇ ਇਹ ਗੱਲ ਕਹੀ ਕਿ ਉਹ ਆਪਣੀ ਮਨ ਪ੍ਰਸਿੱਧੀ ਨਾਲ ਆਏ ਕਹਿੰਦਾ, ਬੜਾ ਵੱਡਾ ਅਪਮਾਨ ਕਰਦਾ ਹੈ ਕਿ ਕਲਗੀਆਂ ਵਾਲੇ ਗੁਰੂ ਹਾਸਤ ਹੈ। ਸਤਸੰਗ ਜੀ ਭੈਣੋ, ਖਾਸ ਕਰਕੇ ਤੁਸੀਂ ਇਹ ਗੱਲ ਪੱਲੇ ਬੰਨੋ। ਮਹਾਰਾਜ ਤੁਸੀਂ ਹੱਸਣ ਕਿਉਂ ਲੱਗੇ ਹੋ? ਕਹਿੰਦੇ ਕੀ ਕਹਿੰਦੇ ਹੋ? ਗੋਦਾਵਰੀ ਨਦੀ ਦੇ ਕੰਢੇ ਤੇ ਬੈਠੇ ਬੰਦੇ ਦੇ ਕੋਲ ਜੰਤਰ ਮੰਤਰ ਨੇ, ਅੱਠ ਅੱਠ ਵੀਰ ਆਪਣੇ ਮੰਤਰਾਂ ਵਿੱਚ ਕੀਲੇ ਹੋਏ ਨੇ। ਜੇ ਉਹਦੇ ਕੋਲ ਮੰਤਰ ਦੇ ਤੇ ਮੇਰੇ ਕੋਲ ਮੰਤਰਾਂ ਦਾ ਪਿਓ ਮੰਤਰ ਹੈ। ਦਾਦੂ ਦੇ ਚੇਲੇ ਹੈਰਾਨ ਹੋ ਗਏ, ਕਹਿੰਦੇ ਮੰਤਰਾਂ ਦਾ ਪਿਓ ਮੰਤਰ? ਮਹਾਰਾਜ ਉਹ ਕਿਹੜਾ ਮੰਤਰ? ਜਿਹੜਾ ਗੁਰੂ ਨਾਨਕ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਵੇਈ ਵਿੱਚ ਟੁੱਬਾ ਲਾ ਕੇ ਤੀਜੇ ਦਿਨ ਪ੍ਰਗਟ ਹੋ ਕੇ ਸਿੱਖ ਨੂੰ ਦਿੱਤਾ ਸੀ, ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋ ਮੈਂ ਖੋਈ। ਗੁਰੂ ਦੇ ਸਿੱਖ ਦੀ ਰਸਨਾ ਤੋਂ ਕਦੇ ਵਾਹਿਗੁਰੂ ਵਿਸਰਨਾ ਨਹੀਂ ਚਾਹੀਦਾ। ਇਹ ਪਹਿਲੇ ਦੀਵਾਨ ਵਿੱਚ ਤੁਹਾਡੇ ਬੱਚੇ ਵੱਲੋਂ ਜਿਹੜਾ ਤੋਹਫਾ, ਜਿਹੜੀ ਬਰਕਤ, ਜਿਹੜੀ ਬਖਸ਼ਿਸ਼ ਮੈਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਤੁਹਾਡੇ ਲਈ ਅਰਦਾਸ ਕਰਕੇ ਤੁਰਿਆ, ਬੇਰ ਸਾਹਿਬ ਗੁਰੂ ਘਰ ਵੱਲੋਂ ਸਾਰੀਆਂ ਸੰਗਤਾਂ ਨੂੰ ਗੁਰਫਤਿਹ ਹੈ ਭਾਈ, ਸਾਰੀ ਜ਼ਿੰਦਗੀ ਵਾਹਿਗੁਰੂ ਜਪਣਾ ਹੈ। ਮਹਾਰਾਜ ਕਹਿੰਦੇ ਮੰਤਰਾਂ ਦਾ ਪਿਓ ਮੰਤਰ ਹੈ ਵਾਹਿਗੁਰੂ ਮੰਤਰ। ਔਰ ਵਾਕਿਆ ਹੀ ਦਲੀਲ ਵਿੱਚ ਮੈਂ ਗੱਲ ਆਉਣ ਵਾਲੇ ਦਿਨਾਂ ਵਿੱਚ ਕਰਾਂਗਾ, ਜਦੋਂ ਕਲਗੀ ਵਾਲੇ ਗੁਰੂ ਦੇ ਨਾਲ ਇਹਦਾ ਕਾਲੀ ਵਿਦਿਆ ਵਾਲੇ ਬੰਦੇ ਦਾ ਟਾਕਰਾ ਹੋਇਆ ਤੇ ਮਹਾਰਾਜ ਨੇ ਵਾਹਿਗੁਰੂ ਮੰਤਰ ਦੇ ਨਾਲ ਇਹਦੇ ਜਿੰਨੇ ਮੰਤਰ ਸੀ ਫੇਲ ਕਰ ਦਿੱਤੇ, ਹਾਰਿਆ ਹੋਇਆ ਮਨੁੱਖ ਗੁਰੂ ਦੇ ਚਰਨਾਂ ਉੱਤੇ ਆਣ ਡਿੱਗਾ। ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਹੁਣ ਅਗਲੀ ਗੱਲ ਵੇਖੋ, ਇਹ ਸਿੱਖੋ ਆਪਣੇ ਗੁਰੂ ਦੇ ਕੋਲੋਂ ਜਗਤੀਆਂ, ਹਾਰਿਆ ਹੋਇਆ ਮਨੁੱਖ ਗੁਰੂ ਦੇ ਚਰਨਾਂ ਦੇ ਉੱਤੇ ਡਿੱਗਾ, ਤੂੰ ਕੌਣ ਏ, ਕਿਹੜੀ ਧਰਤੀ ਤੋਂ ਆਇਆ ਏ? ਮੇਰੇ ਅੱਠ ਅੱਠ ਵੀਰਾਂ ਦੀਆਂ ਸ਼ਕਤੀਆਂ ਨੂੰ ਕੁਚਲਣ ਵਾਲਿਆ, ਮੇਰੇ ਮੰਤਰਾਂ ਨੂੰ ਆਪਣਾ ਮੰਤਰ ਪੜ੍ਹ ਕੇ ਵਸ ਵਿੱਚ ਕਰਨ ਵਾਲਿਆ, ਤੇਰਾ ਨਾਮ ਕੀ ਏ? ਜ਼ਾਤੇ ਨੇ ਚਰਨਾਂ ਤੋਂ ਚੱਕ ਕੇ ਕਲਦੇ ਨਾਲ ਲਾਇਆ। ਇਹੋ ਜੀ ਮਿੱਠੀ ਬੋਲੀ ਸੰਸਾਰ ਦੇ ਵਿੱਚ ਕਿਸੇ ਦੀ ਨਹੀਂ ਹੋ ਸਕਦੀ। ਅੱਜ ਕਈਆਂ ਬੰਦਿਆਂ ਨੂੰ ਹਲੇ ਇਹ ਵੀ ਭੁਲੇਖਾ ਹੈ ਕਿ ਅੱਜ ਕਲਗੀਆਂ ਵਾਲਾ ਗੁਰੂ ਸਰੀਰਕ ਤੌਰ ਤੇ ਹੁੰਦਾ ਤੇ ਮਿੱਠੀ ਬੋਲੀ ਅਸੀਂ ਸੁਣ ਲੈਂਦੇ, ਉਹ ਕਰਮਾਂ ਵਾਲੀ ਉਹ ਤਿੰਨ ਦਿਨ ਬਾਣੀ ਦਾ ਅਖੰਡ ਪਾਠ ਚੱਲਿਆ ਏ, ਕਿੱਦਾਂ ਕਿੱਦਾਂ ਦੇ ਗੁਰਸਿੱਖ ਪਿਆਰੇ ਬਰਾੜ ਸਿੰਘ ਵਰਗੇ, ਕਿੱਦਾਂ ਕਿੱਦਾਂ ਦੇ ਗੁਰਮੁਖ ਗੁਰੂ ਕੇ ਕੀਰਤਨੀਏ ਬੀਬੀਆਂ ਭੈਣਾਂ। ਕੱਲ ਇੱਕ ਬੀਬੀ ਇੱਥੇ ਬਾਣੀ ਪੜ੍ਹ ਰਹੀ ਸੀ, ਮੈਂ ਢਾਡੀ ਸਿੰਘਾਂ ਨਾਲ ਵਿਚਾਰ ਕਰ ਰਿਹਾ ਸੀ, ਸਹੀ ਬਾਣੀ ਪੜ੍ਹਨ ਦਾ ਤਰੀਕਾ ਆ ਹੈ, ਇੱਕ ਇੱਕ ਅੱਖਰ ਦਾ ਪਤਾ ਲੱਗਦਾ ਹੈ। ਮੈਨੂੰ ਕਹਿੰਦੇ ਜੀ ਭੋਗ ਪੰਜਵੇਂ ਦਿਨ ਪਵੇਗਾ, ਹੱਸਣ ਲੱਗ ਪਏ। ਮੈਂ ਕਿਹਾ ਗੁਰੂ ਨੇ ਕਿਹੜਾ ਆਪਣੇ ਦੇ ਉੱਤੇ ਕੰਡੀਸ਼ਨ ਲਾਈ ਆ ਵੀ ਤੀਜੇ ਦਿਨ ਹੀ ਭੋਗ ਪਾਉਣਾ, ਪੰਜਵੇਂ ਦਿਨ ਪੜ੍ਹ ਲਓ, ਪਰ ਬਾਣੀ ਪੜ੍ਹਨ ਦਾ ਤਰੀਕਾ ਆ ਹੈ। ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਤੋ ਆਓ ਕਰਮਾਂ ਵਾਲਿਓ, ਮਹਾਰਾਜ ਨੇ ਚੱਕ ਕੇ ਚਰਨਾਂ ਤੋਂ ਭੈਣੋ ਲਾ ਲਿਆ ਗੱਲ ਦੇ ਨਾਲ। ਕਹਿੰਦੇ ਬੰਦੇ ਮੈਂ ਤੇ ਪੰਜਾਬ ਦੀ ਧਰਤੀ ਤੋਂ ਆਪਣੇ ਪੁੱਤਰ ਨੂੰ ਮਿਲਣ ਵਾਸਤੇ ਆਇਆ, ਘਰ ਵਿੱਚ ਕੋਈ ਪ੍ਰਾਹੁਣਾ ਆਵੇ ਉਹਨੂੰ ਚਾਹ ਪਾਣੀ ਮੰਜਾ ਬਿਸਤਰਾ ਰੋਟੀ ਪਾਣੀ ਜਿਉਂ ਆਇਆ ਆਖੀਦਾ ਕਿ ਆਪਦੇ ਬੰਦਿਆਂ ਕੋਲੋਂ ਕਢਵਾਈ ਦਾ? ਸ਼ਰਮ ਨਾਲ ਅੱਖਾਂ ਝੁਕ ਗਈਆਂ, ਦਾਦਾ ਮੈਂ ਤੇਰਾ ਬੰਦਾ। ਮਹਾਰਾਜ ਕਹਿੰਦੇ ਜੇ ਮੇਰਾ ਬੰਦਾ ਇਹਨੇ ਬੰਦੇ ਨੂੰ ਅੰਮ੍ਰਿਤ ਦੇ ਕੇ ਮੈਂ ਬੰਦਾ ਸਿੰਘ ਬਣਾਉਣਾ। ਲਓ ਜੀ ਬਿੱਪੀ ਅੰਮ੍ਰਿਤ ਦੀ ਦਾਤ ਲੱਗੀਆਂ ਨਗਾਰਿਆਂ ਦੇ ਉੱਤੇ, ਚੋਟਾ ਗੋਦਾਵਰੀ ਨਦੀ ਦਾ ਕੰਡਾ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮਹਾਰਾਜ ਕਹਿੰਦੇ ਪੁੱਤਰ ਆਪਣੇ ਪਿੱਛੇ ਨਜ਼ਰ ਮਾਰ। ਹਜ਼ੂਰ ਦੇ ਕੋਲ ਬਹੁਤਾ ਟਾਈਮ ਨਹੀਂ ਸੀ, ਜਦੋਂ ਨਜ਼ਰ ਮਾਰੀ ਤੇ 26 ਘੋੜਿਆਂ ਦੇ ਉੱਤੇ ਕਾਠੀਆਂ ਪਈਆਂ ਨੇ, 2 ਬੋਰੀਆਂ ਛੋਲਿਆਂ ਦੀਆਂ, 1 ਬੋਰੀ ਗੁੜ ਦੀ, ਕੁਝ ਪਾਣੀ ਦੀਆਂ ਮਸ਼ਕਾਂ, 20 ਸਿੰਘ ਤੇ 5 ਪਿਆਰੇ ਸ਼ਸਤਰ ਪਹਿਨ ਕੇ ਸਾਵਧਾਨਤਾ ਦੇ ਨਾਲ ਖੜੇ ਨੇ। ਦਾਦਾ ਜੀ ਇਹ ਕੀ ਕਰਨ ਲੱਗੇ? ਕਹਿੰਦੇ ਤੈਨੂੰ ਆਪਣਾ ਪੁੱਤਰ ਬਣਾਇਆ ਹੈ,
ਤੈਨੂੰ ਬੰਦਾ ਸਿੰਘ ਬਣਾ ਕੇ ਬਹਾਦਰੀ ਦਾ ਖਿਤਾਬ ਦਿੱਤਾ ਹੈ, ਤੈਨੂੰ ਪੰਥ ਦਾ ਜਥੇਦਾਰ ਬਣਾ ਕੇ ਜ਼ੁਲਮ ਦੇ ਨਾਲ ਟੱਕਰ ਲੈ ਕੇ ਜ਼ੁਲਮ ਦੀਆਂ ਜੜ੍ਹਾਂ ਪੱਟਣ ਵਾਸਤੇ ਮੇਰਿਆ ਪੁੱਤਰਾ। ਸਵਰਗ ਦੀਆਂ ਚਾਰ ਨਿਸ਼ਾਨੀਆਂ ਨੇ, ਗੁਰੂ ਦਾ ਸਿੱਖ ਸਵਰਗ ਤੋਂ ਉੱਪਰ ਰਹਿੰਦਾ, ਪਰ ਦੁਨਿਆਵੀ ਤੌਰ ਦੇ ਉੱਤੇ ਮੈਂ ਕਹਿ ਜਾਵਾਂ, ਆਗਿਆਕਾਰੀ ਪੁੱਤਰ ਹੋ ਗਏ ਘਰ ਮੁੱਠ ਬੋਲੀ ਨਾਲ, ਧਨ ਆਪਣਾ ਸੰਤੋਖ ਮਨ ਸਵਰਗ ਨਿਸ਼ਾਨੀ ਚਾਰ। ਮਹਾਰਾਜ ਕਹਿੰਦੇ ਪੁੱਤਰ ਤੂੰ ਪੰਜਾਬ ਦੀ ਧਰਤੀ ਨੂੰ ਜਾਣਾ ਹੈ। ਲਓ ਜੀ ਇਹਨੇ ਕਲਗੀ ਧਰ ਦੇ ਚਰਨਾਂ ਦੀ ਧੂੜ ਲਾਈ ਮੱਥੇ ਨੂੰ, ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ ਸੀ ਝੁਕਾ ਕੇ ਕਹਿੰਦਾ ਕਿਹਦੀ ਕਿਹਦੀ ਜੜ ਪੱਟਣੀ ਹੈ। ਬਾਜਾਂ ਵਾਲੇ ਆਖਰੀ ਕੰਡ ਦੇ ਥਾਪੜਾ ਦੇ ਕੇ ਪੁੱਤਰ ਨੂੰ ਹੁਕਮ ਦੇ, ਤੇਰੇ ਪੰਜ ਘੋਟੇ ਅੰਮ੍ਰਿਤ ਦੇ ਪੀ ਲੈ ਨੇ, ਵਾਹਿਗੁਰੂ ਪਾਤਸ਼ਾਹ ਜੀ ਮੇਰੇ ਸਾਹਮਣੇ ਕਾਲਾਂ ਦਾ ਕਾਲ ਵੀ ਯਾਦ ਆਵੇ, ਮੈਂ ਉਹਦੇ ਨਾਲ ਵੀ ਟੱਕਰ ਲੈ ਕੇ ਉਹਨੂੰ ਵੀ ਮਾਤ ਮਰ ਜਾਵਾਂਗਾ, ਕਿਉਂਕਿ ਕਲਗੀ ਵਾਲੇ ਗੁਰੂ ਦੀ ਰਹਿਮਤ ਮੇਰੇ ਤੇ ਹੋ ਗਈ ਆ। ਹੁਣ ਗੁਰੂ ਦਾ ਹੁਕਮ ਸੁਣੋ। ਅੱਜ ਅਸੀਂ ਹੁਕਮਨਾਮਾ ਸੁਣਦੇ ਜ਼ਰੂਰ ਆ, ਲੇਕਿਨ ਪ੍ਰਸ਼ਾਦ ਲੈ ਕੇ ਦਰਵਾਜ਼ਿਓਂ ਬਾਹਰ ਹੋਏ ਨਾਲ ਹੀ ਭੁੱਲ ਗਿਆ। ਬੜੀਆਂ ਸੰਗਤਾਂ ਨੇ ਇੱਥੋਂ ਜਾਣ ਲੱਗਿਆਂ ਕਿਹਾ, ਪੁੱਤਰ ਮੇਜਰ ਸਿੰਘ ਆ ਢਾਡੀ ਸਿੰਘ ਆ, ਮਾਇਆ ਲੈ ਜਾਓ, ਜਿੱਥੇ ਜਿੱਥੇ ਵੀ ਮਨ ਕਰੇ ਅਖੰਡ ਪਾਠ ਕਰਵਾ ਦੇਣੇ, ਇੱਥੇ ਬੱਚਿਆਂ ਦਾ ਭਲਾ ਮੰਗਣਾ। ਆ ਜਿਹੜੇ ਨੌਜਵਾਨ ਨੇ ਨਾ, ਮੇਰੀਆਂ ਧੀਆਂ ਭੈਣਾਂ ਪੜ੍ਹਨ ਵਾਸਤੇ ਆਏ, ਏਦਾਂ ਦੇ ਗੁਰਸਿੱਖ ਨੌਜਵਾਨੋ ਇੱਥੇ ਮੈਨੂੰ ਮਿਲੇ ਨੇ, ਜਿਹਨਾਂ ਮੈਨੂੰ ਮਾਇਆ ਦਿੱਤੀ, ਔਰ ਸੀਧਾ ਵੀ ਮੈਂ ਲੈ ਕੇ ਆਇਆ ਤੇ ਹੁਕਮਨਾਮੇ ਵੀ ਲੈ ਕੇ ਆਇਆ, ਕੋਈ ਪਖੰਡ ਨਹੀਂ, ਕੋਈ ਬਨਾਵਟੀ ਬੱਚਾ ਨਹੀਂ। ਦੇਖੋ ਇੱਥੇ ਸਰਬੱਤ ਦਾ ਭਲਾ ਮੰਗਣ ਵਾਲੇ ਵੀ ਤੁਹਾਡੇ ਵਿੱਚ ਬੈਠੇ ਆ। ਬੋਲਿਆ ਰੱਬ ਦੇ ਤੇ ਤੋਂ ਵੱਖ ਨਹੀਂ ਪਰ ਤੇਰੀ ਦੇਖਣ ਵਾਲੀ ਯਤਨ ਕਰੋ, ਰੱਬ ਦੇ ਕੋਲੋਂ ਅੱਖ ਮੰਗੀਏ। ਹੁਣ ਕਲਗੀਆਂ ਵਾਲਾ ਗੁਰੂ ਹੁਕਮ ਦੇਣ ਲੱਗਾ ਹੈ ਤੇ ਬੰਦਾ ਸਿੰਘ ਬਹਾਦਰ ਨੇ ਉਹ ਹੁਕਮ ਮੰਨਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਬੰਦਾ ਸਾਡਾ ਬੰਦੇ ਆ ਰੋ ਬੰਦਗੀ ਦੇ ਵਿੱਚ ਬੰਦ, ਕਦੇ ਹੱਸ ਕਟਾਉਣੇ ਪੈਣਗੇ ਸੋਹਣੀ ਸਿੱਖੀ ਲਈ ਬੰਦ ਬੰਦ। ਸਿੰਘ ਜੀ ਇੱਕ ਸ਼ਹਿਰ ਵਸੇ ਸਰਹੰਦ, ਉੱਥੇ ਤੇਰਾ ਪੋਨੂ ਸਰੀ ਇੱਕ ਖੂਨਣ ਪਾਪਣ ਕੰਧ, ਉੱਥੇ ਗੰਗਾ ਚ ਗੰਗੂ ਡੁੱਬਿਆ ਪਾਪੀ ਬਣਿਆ ਸੱਚਾ ਆਨੰਦ, ਉੱਥੇ ਮੀਆਂ ਦੇ ਵਿੱਚ ਚਿੰਦ ਦੇ ਮੇਰੇ ਨਿੱਕੇ ਨਿੱਕੇ ਸਰਜੰਦ ਤੂੰ ਬਦਲਾ ਲੈਣ ਦੀ ਬੰਦੇ ਆ ਜਾ ਪੈ ਜਾ ਪੰਜਾਬ ਦੇ ਪੰਡ। ਬਈ ਦਿੱਤਾ ਕੰਧ ਤੇ ਥਾਪੜਾ, ਢਾਡੀ ਕਲਾ ਦੀ ਇੱਕ ਰੀਤ ਹੈ ਸੱਸੀ ਲਗੋ ਜੇ ਲਾ ਸੁਣਨਾ ਪਿਆਰ ਦੇ ਨਾਲ, ਮਹਾਰਾਜ ਤੋਂ ਲੈ ਕੇ ਥਾਪੜਾ ਇੱਕ ਲੋਹੇ ਦਾ ਸੁਹਾਗਾ ਬਣ ਕੇ ਤੁਹਾਡਾ ਪੰਜਾਬੀ ਭਰਾ ਬਾਬਾ ਬੰਦਾ ਸਿੰਘ ਜੋਮ ਨਾਲ ਟੱਕਰ ਲੈਣ ਵਾਸਤੇ ਦੱਖਣ ਦੇਸ਼ ਤੋਂ
ਸੰਗੀ ਵਾਲੇ ਗੁਰੂ ਤੋਂ ਕਈ ਸਿਫਤਾਂ ਲੈ ਕੇ ਗੁਰਮਖੋ ਫਿਰ ਬੰਦਾ ਤੁਰਿਆ ਦੱਖਣੋਂ ਰਾਹ ਸਿੱਧੇ ਪੈ ਕੇ ਹੰਕਾਰੀ ਮੱਥਾ ਦੱਖਣੋਂ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜੱਥਾ। ਇੱਕ ਗੱਲ ਘੁੱਟ ਕੇ ਬੰਦੇ ਬੰਨ ਲਓ, ਮੈਂ ਨੀ ਕਹਿੰਦਾ, ਮੇਰਾ ਸਤਿਗੁਰੂ ਕਹਿੰਦਾ, ਮਹਾਰਾਜ ਕਹਿੰਦੇ ਨੇ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਨ ਕੀ ਆਇਆ ਨੂੰ। ਹਰਿਆਣੇ ਦੇ ਗਿਰਨੋ ਪਿੰਡ ਤੋਂ ਸਾਡੇ ਸਤਿਕਾਰਯੋਗ ਮਾਸਟਰ ਜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਥੋੜਾ ਸਮਾਂ ਪਹਿਲਾਂ ਆਏ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਸਾਰਿਆਂ ਨੂੰ ਇੱਥੇ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਐਸੀ ਅਰਦਾਸ ਹਰ ਵੇਲੇ ਕਰਿਆ ਕਰੋ, ਸਾਰਿਆਂ ਦਾ ਹੀ ਭਲਾ ਹੋਵੇ, ਸਾਰਿਆਂ ਨੂੰ ਦਾਤਾ ਤਰੱਕੀ ਦੇਵੇ, ਕਿਉਂਕਿ ਬਾਬੇ ਨੇ ਕਿਹਾ ਹੈ ਗੁਰੂ ਦਾ ਸਿੱਖਾ ਸੰਸਾਰ ਦੇ ਅੰਦਰ ਕੇਵਲ ਇੱਕ ਤੂੰ ਹੈ ਜਿਹੜਾ ਇਹ ਗੱਲ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲ। ਉਹ ਗੱਲ ਵੱਖਰੀ ਹੈ, ਅੱਜ ਮੰਦਰਾਂ ਦੇ ਪੰਡਿਤ ਵੀ ਤੇਰੀਆਂ ਅਰਦਾਸਾਂ ਨੂੰ ਚੋਰੀ ਕਰੀ ਜਾਂਦੇ ਆ। ਬੜਿਆਂ ਥਾਵਾਂ ਤੇ ਸਵੇਰ ਨੂੰ ਸੁਣੀਦਾ ਜੀ 33 ਕਰੋੜ ਦੇਵਤਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੈ ਸ੍ਰੀ ਰਾਮ। ਮੈਂ ਕਿਹਾ ਮੁਬਾਰਕ ਹੋਵੇ, ਪਰ ਜਿਹੜੀ ਅਰਦਾਸ ਮਹਾਰਾਜ ਨੇ ਆਪਣੇ ਸਿੱਖ ਨੂੰ ਬਖਸ਼ਿਸ਼ ਕੀਤੀ ਹੈ ਸਰਬੱਤ ਦਾ ਭਲਾ ਮੰਗਣ ਦੀ, ਅਰਦਾਸਾਂ ਤੇ ਸਾਰੇ ਕਰੀ ਜਾਂਦੇ ਨੇ ਪਰ ਸਰਬੱਤ ਦਾ ਭਲਾ ਜਿਹੜਾ ਹੈ ਉਹ ਗੁਰੂ ਦਾ ਪਿਆਰਾ ਸਿੱਖ ਮੰਗਦਾ ਹੈ। ਮਹਾਰਾਜ ਕਹਿੰਦੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਆਉਣ ਵਾਲੀਆਂ ਪੀੜ੍ਹੀਆਂ ਵੱਡਿਆਂ ਦਾ ਇਤਿਹਾਸ ਪੜ੍ਹ ਕੇ ਬਣਦੀਆਂ ਨੇ। ਜਦੋਂ ਆਹ ਗੱਲਾਂ ਸੁਣੋਗੇ ਨਾ ਤੁਹਾਡੇ ਜੀਵਨ ਦੇ ਵਿੱਚ ਇੱਕ ਇਨਕਲਾਬ ਆਵੇਗਾ, ਵਿਕਾਰਾਂ ਦਾ ਨਾਸ ਹੋਵੇਗਾ, ਤਰੱਕੀ ਵਾਸਤੇ ਰਸਤੇ ਖੁੱਲ ਜਾਣਗੇ। ਇਤਿਹਾਸ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਹੈ ਕਿ ਇਤਿਹਾਸ ਦੇ ਵਿੱਚੋਂ ਤਰੱਕੀ ਪੈਦਾ ਹੁੰਦੀ ਹੈ। ਖਾਲਸਾ ਜੀ ਬਚਨ ਬੜੇ ਕਰਾਂਗਾ ਪਰ ਮੇਰੇ ਕੋਲ ਸਮਾਂ ਇੰਨਾ ਹੀ, ਆਉਣ ਵਾਲੇ ਦਿਨਾਂ ਵਿੱਚ ਉਹ ਟਾਈਮ ਜਿਹੜਾ ਇਹ ਪ੍ਰਬੰਧਕ ਵੀਰਾਂ ਨੇ ਤੁਹਾਨੂੰ ਦੱਸ ਦੇਣਾ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ, 7 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਖਾਸ ਤੌਰ ਦੇ ਉੱਤੇ ਭੈਣਾਂ ਨੂੰ ਬੇਨਤੀ ਆ, ਕਿਉਂਕਿ ਬੱਚੇ ਜਿਹੜੇ ਨੇ ਉਹ ਜ਼ਿਆਦਾ ਸਮਾਂ ਭੈਣਾਂ ਦੇ ਕੋਲ ਬਿਤਾਉਂਦੇ ਨੇ, ਇਸ ਕਰਕੇ ਇਹ 7 ਗੱਲਾਂ ਆਪਣੇ ਬੱਚਿਆਂ ਨੂੰ ਸਮਝਾਓ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨਿੱਕੇ ਨਿੱਕੇ ਬੱਚਿਆਂ ਦੇ ਇੱਥੇ ਕੰਪੀਟੀਸ਼ਨ ਵੀ ਕਰਾਵਾਂਗੇ, ਪਤਾ ਲੱਗੇਗਾ ਸਾਡੇ ਬੱਚਿਆਂ ਦੇ ਅੰਦਰ ਕਿਹੋ ਜਿਹੀ ਸਪਿਰਟ ਜਿਹੜੀ ਹੈ, ਕਿਹੋ ਜਿਹਾ ਜਜ਼ਬਾ ਪੈਦਾ ਹੋ ਰਿਹਾ ਹੈ। ਇਹ ਗੱਲਾਂ ਕਰਨੀਆਂ ਪੈਣਗੀਆਂ ਨੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ। ਸਤਿਗੁਰੂ ਨੇ ਆਪਣੇ ਉੱਤੇ ਇੱਕ ਬੜੀ ਵੱਡੀ ਕਿਰਪਾ ਕੀਤੀ ਹੈ, ਬੱਚੇ ਮਨ ਕੇ ਸੱਚੇ, ਮਨ ਕੋਰਾ ਹੁੰਦਾ ਹੈ ਇਹਦੇ ਉੱਤੇ ਜੋ ਕੁਝ ਮਰਜ਼ੀ ਲਿਖ ਦੇਵੋ, ਜੇ ਵਾਹਿਗੁਰੂ ਲਿਖੋਗੇ ਤੇ ਵਾਹਿਗੁਰੂ ਕੋਲ ਮੰਤਰ ਹੈ ਜਪ ਹੋਵੇ, ਕੋਈ ਕਿਸੇ ਦੀ ਤਾਕਤ ਨਹੀਂ ਹੋਵੇਗੀ ਕਿ ਬੱਚੇ ਵੱਲ ਕੈਰੀ ਆ ਕਰਕੇ ਵੇਖ ਸਕੇ ਜਾਂ ਬੱਚਾ ਡੋਲ ਜਾਵੇ ਜਾਂ ਥਿੜਕ ਜਾਵੇ। ਸੰਸਾਰ ਭਰ ਦੀਆਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਨਾ, ਉਹਨਾਂ ਨੇ ਹਜ਼ਾਰਾਂ ਵਾਰੇ ਸਰਵੇਖਣ ਕੀਤਾ ਹੈ, ਦਾਦੇ ਦਾਦੀ ਦੇ ਕੋਲੋਂ, ਮਾਂ ਪਿਓ ਦੇ ਕੋਲੋਂ, ਜਿਹੜੇ ਬੱਚੇ ਨੂੰ ਧਾਰਮਿਕ, ਚਾਹੇ ਉਹ ਮੁਸਲਮਾਨ, ਚਾਹੇ ਹਿੰਦੂ, ਚਾਹੇ ਜੈਨੀ, ਬੋਧੀ, ਜੰਗਮ ਸੰਨਿਆਸੀ, ਸਰੇਵੜਾ, ਕੋਈ ਵੀ ਹੈ, ਉਹਨੇ ਆਪਣੇ ਧਰਮ ਦੇ ਮੁਤਾਬਕ ਆਪਣੇ ਬੱਚੇ ਨੂੰ ਘਰ ਦੇ ਵਿੱਚ ਗੁੜਤੀ ਦੇ ਦਿੱਤੀ ਨਾ, ਜਿਹੜਾ ਧਾਰਮਿਕ ਵਿਸ਼ਵਾਸ ਮਾਂ ਪਿਓ ਨੇ, ਦਾਦੇ ਦਾਦੀ ਨੇ ਬੱਚੇ ਦੇ ਹਿਰਦੇ ਵਿੱਚ ਭਰ ਦਿੱਤਾ, ਬੱਚਾ ਕਿਤੇ ਵੀ ਘੱਲ ਦਿਓ ਉਹ ਧਾਰਮਿਕ ਵਿਸ਼ਵਾਸ ਉਹਨੂੰ ਆਪਣੇ ਧਰਮ ਤੋਂ ਥਿਪਕਣ ਨਹੀਂ ਦੇਵੇਗਾ, ਡੋਲਣ ਨਹੀਂ ਦੇਵੇਗਾ, ਡਿੱਗਣ ਨਹੀਂ ਦੇਵੇਗਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਤੁਰਿਆ ਲੰਬਾ ਪੈਂਦਾ ਤੈਅ ਕਰਕੇ ਜਮਨਾ ਦਰਿਆ ਦਿੱਲੀ ਪਾਰ ਕਰਕੇ ਉਹਦੇ ਕੰਢੇ ਦੇ ਉੱਤੇ ਡੇਰਾ ਲਾ ਲਿਆ, ਰਾਤ ਕੱਟੀ ਦਿਨ ਚੜਿਆ, ਇਸ਼ਨਾਨ ਕਰਕੇ ਜਮਨਾ ਦੇ ਅੰਦਰ ਪਹਿਨ ਕੇ ਬਸਤਰ ਸਜਾ ਕੇ ਸ਼ਸਤਰ ਗੁਰੂ ਬਾਣੀ ਆਸਾ ਜੀ ਦੀ ਵਾਰ ਦਾ ਪਾਠ ਨਿਤਨੇਮ ਕਰਕੇ ਜਦੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਲਾਈਆਂ ਨਗਾਰਿਆਂ ਦੇ ਉੱਤੇ ਟੋਟਾਂ, 26 ਸਿੰਘ 27ਵਾਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ, ਉਹ ਕਲਗੀ ਵਾਲੇ ਗੁਰੂ ਦਾ ਹੁਕਮ ਪ੍ਰਵਾਨਾ ਖੁੱਲ, ਗੁਰੂ ਦਾ ਹੁਕਮ ਕੀ ਹੈ, ਜ਼ੁਲਮ ਦਾ ਨਾਸ਼ ਕਰਨਾ ਹੈ ਤੇ ਜ਼ੁਲਮ ਦੇ ਨਾਸ਼ ਕਰਨ ਦੀ ਸ਼ੁਰੂਆਤ ਜਿਹੜੀ ਹੈ ਉਹ ਕਿੱਥੋਂ ਕਰਨੀ। ਇੱਥੇ ਤਰਾਵੜੀ ਇਲਾਕੇ ਦੀਆਂ ਬੜੀਆਂ ਸੰਗਤਾਂ ਨੇ ਕੀਰਤਨੀ ਜਥਾ, ਮੈਂ ਆਉਣ ਲੱਗਾ ਸਤ ਸੰਗਤ ਜੀ, ਤਰਾਵੜੀ ਦੇ ਲਾਗੇ ਨੀ ਸਿੰਘ ਸ਼ਹਿਰ ਹੈ, 6 ਤੇ 7 ਅਗਸਤ ਨੂੰ ਉੱਥੇ 6 ਨੂੰ ਤੇ 7 ਨੂੰ ਬਹੁਤ ਭਾਰੀ ਸਲਾਨਾ ਜੋੜ ਮੇਲਾ ਲੱਗਦਾ ਹੈ। ਉਹਨਾਂ ਵੀਰਾਂ ਵੱਲੋਂ ਉਚੇਚੇ ਤੌਰ ਦੇ ਉੱਤੇ ਹੁਕਮ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਥੋਂ ਦੀ ਲੰਘ ਕੇ ਅੱਗੇ ਨੂੰ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੀ ਨਜ਼ਰ ਜਿਹੜੀ ਹੈ ਸਮਾਣੇ ਦੇ ਉੱਤੇ ਪਈ ਆ। ਜੇ ਕਿਸੇ ਸਿੱਖ ਬੱਚੇ ਨੂੰ ਇਹ ਸਵਾਲ ਕੀਤਾ ਜਾਵੇ ਕਿ ਉਹਨੇ ਪਹਿਲਾਂ ਸਮਾਣਾ ਹੀ ਕਿਉਂ ਢਾਇਆ, ਸਮਾਣੇ ਦੇ ਉੱਤੇ ਹਮਲਾ ਕਿਉਂ ਕੀਤਾ, ਤੁਹਾਨੂੰ ਦੂਜੀ ਕਮਿਊਨਿਟੀ ਦਾ ਬੰਦਾ ਜਿਹੜਾ ਹੈ ਉਹ ਸਵਾਲ ਕਰ ਦੇਵੇ, ਤੁਹਾਡੇ ਕੋਲ ਕੋਈ ਉੱਤਰ ਹੈ? ਇਹ ਗੱਲਾਂ ਨੂੰ ਨੋਟ ਕਰੋ।
ਐਵੇਂ ਸੁਣੀਆਂ ਸੁਣੀਆਂ ਕਰਕੇ ਨਹੀਂ, ਇਹਨਾਂ ਗੱਲਾਂ ਦਾ ਕੋਈ ਮਕਸਦ ਹੈ। ਅਸੀਂ ਆਏ ਹਾਂ ਖਾਲਸਾ ਜੀ ਇਕੱਲਾ ਇਸ ਵਾਸਤੇ ਨਹੀਂ ਕਿ ਢੱਡ ਕਲਾ ਤੁਹਾਨੂੰ ਵਿਖਾ ਦਿੱਤੀ, ਨਹੀਂ, ਇਹਦੇ ਵਿੱਚ ਇੱਕ ਬੜਾ ਵੱਡਾ ਸੁਨੇਹਾ ਹੈ, ਇਹਦੇ ਵਿੱਚ ਗੁਰੂ ਦੀ ਸਾਦੇ ਗੁਰੂ ਦਾ ਪਿਆਰ ਹੈ ਤੇ ਗੁਰੂ ਦੀਆਂ ਰਹਿਮਤਾਂ ਨੇ। ਸ਼ਰਤ ਇਹ ਹੈ ਕਿ ਝੋਲੀ ਵਿੱਚ ਛੇਕ ਨਾ ਹੋ ਜਾਏ, ਜੇ ਕੁਝ ਸ਼ਬਦ ਗੁਰੂ ਦਾ ਪੱਲੇ ਪੈ ਗਿਆ ਤੇ ਉਹਨੂੰ ਘੁੱਟ ਕੇ ਪੱਲੇ ਬੰਨਣਾ ਹੈ, ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਸਮਾਣੇ ਉੱਤੇ ਹਮਲਾ ਕਿਉਂ ਕੀਤਾ? ਨੌਵੇਂ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਚਾਂਦਨੀ ਚੌਂਕ ਅੰਦਰ ਬਣੀ ਤੇ ਨੌਵੇਂ ਗੁਰਾਂ ਦੇ ਉੱਤੇ ਤਲਵਾਰ ਦਾ ਵਾਰ ਕਰਨ ਵਾਲਾ ਜਲਾਲ ਜਲਾਲੂਦੀਨ ਜਿਹੜਾ 2 ਲੱਖ ਰੁਪਈਆ ਔਰੰਗਜ਼ੇਬ ਨੇ ਉਹਨੂੰ ਇਨਾਮ ਦਿੱਤਾ ਸੀ ਨੌਵੇਂ ਗੁਰਾਂ ਨੂੰ ਕਤਲ ਸ਼ਹੀਦ ਕਰਨ ਦੇ ਬਦਲੇ। ਇਹ ਸਮਾਣੇ ਦੇ ਵਿੱਚ ਉੱਚੀਆਂ ਅਟਾਰੀਆਂ ਦੇ ਵਿੱਚ ਮੌਜ ਮਸਤੀ ਵਿੱਚ ਰੁੱਝਾ ਹੋਇਆ ਹੈ। ਇੰਨਾ ਹੀ ਬਸ ਨਹੀਂ, ਸਮਾਣਾ ਹੈ ਹੀ ਕਾਤਲਾਂ ਦਾ ਪਿੰਡ ਸੀ, ਹੈ ਹੀ ਜਲਾਦਾਂ ਦਾ ਪਿੰਡ ਸੀ, ਮਾਂ ਗੁਜਰੀ ਦੇ ਪੋਤਰੇ ਸਾਡੇ ਕੌਮੀ ਪ੍ਰਵਾਨੇ, ਜ਼ੁਲਮ ਦੀਆਂ ਜੜ੍ਹਾਂ ਪੱਟਣ ਵਾਲੇ, ਕੌਮ ਦੇ ਮਹਾਨਾਂ ਦੀਆਂ ਨੀਂਹਾਂ ਮਜ਼ਬੂਤ ਕਰਨ ਵਾਲੇ, ਮਾਂ ਗੁਜਰੀ ਦੇ ਪੋਤਰੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ ਜਦੋਂ ਕੰਧ ਡਿੱਗੀ ਬੇਹੋਸ਼ ਹੋ ਗਏ, ਉਹਨਾਂ ਦੀਆਂ ਛਾਤੀਆਂ ਜਿਹੜੀਆਂ ਸੀ ਉਹ ਗਰਦਨਾਂ ਜਿਹੜੀਆਂ ਸੀ ਕਿਰਪਾਨਾਂ ਛੁਰੀਆਂ ਦੇ ਨਾਲ ਲੀਰੋ ਲੀਰ ਕਰਨ ਵਾਲੇ 2 ਪੱਥਰ ਦੇ ਜਲਾਦ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ, ਇਹਨਾਂ ਨੂੰ 50,000 ਰੁਪਇਆ ਸੂਬਾ ਸਰਹੰਦ ਵੱਲੋਂ ਇਨਾਮ ਮਿਲਿਆ ਤੇ ਉਹ ਵੀ ਅਟਾਰੀਆਂ ਵਿੱਚ ਸਰੰਗੀਆਂ ਵੱਜਦੀਆਂ, ਤਬਲੇ ਖੜਕਦੇ, ਕਬਾਬ ਖਾਂਦੇ, ਸ਼ਰਾਬਾਂ ਪੀਂਦੇ, ਗੰਦੀਆਂ ਬੋਲੀਆਂ ਪਾਉਂਦੇ। ਬਾਬਾ ਬੰਦਾ ਸਿੰਘ ਬਹਾਦਰ ਦੀ ਨਜ਼ਰ ਵਿੱਚ ਸਮਾਣਾ ਆਇਆ, ਮੇਰੇ ਨੌਵੇਂ ਗੁਰੂ ਦੇ ਕਾਤਲ, ਗੁਰੂ ਦੇ ਪੋਤਰਿਆਂ ਦੇ ਕਾਤਲ, ਮੇਰੇ ਵੱਡਿਆਂ ਭਰਾਵਾਂ ਦੇ ਕਾਤਲ ਇਹਨਾਂ ਅਟਾਰੀਆਂ ਵਿੱਚ ਮੌਜਾਂ ਕਰਦੇ ਨੇ, ਲੈ ਕੇ 36 ਸਿੰਘਾਂ ਨੂੰ ਲਾ ਕੇ ਨਗਾਰੇ ਉੱਤੇ ਚੋਟ। ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿਰ ਜਿਹੜਾ ਉਹ ਸਮਾਣੀ ਉੱਤੇ ਟੁੱਟਾ, ਪਲਾਂ ਵਿੱਚ ਭੁੱਖ ਵਾਸਤਾ ਸ਼ਹਿਰ ਤਬਾਹ ਕਰ ਦਿੱਤਾ। ਗੁਰੂ ਤੇਗ ਬਹਾਦਰ ਮਾਂ ਗੁਜਰੀ ਦੇ ਪੋਤਰਿਆਂ ਦੇ ਕਾਤਲ ਬਣ ਕੇ ਪਿੰਡ ਦੇ ਚੌਂਕ ਵਿੱਚ ਬਾਬਾ ਜੀ ਦੇ ਸਾਹਮਣੇ ਲਿਆਂਦੇ ਗਏ। ਕਿਰਪਾਨ ਕੱਢ ਕੇ ਉਹਨੇ 1 ਪਲ ਦੀ ਦੇਰੀ ਤੋਂ ਬਗੈਰ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਪਿੰਡ ਦੇ ਚੁਰਾਹਿਆਂ ਵਿੱਚ ਰੁੱਖਾਂ ਉੱਤੇ ਟੰਗ ਦਿੱਤੇ। ਘੋੜੇ ਮਿਲ ਗਏ, ਅਸਲਾ ਮਿਲ ਗਿਆ, ਜ਼ੁਲਮ ਦੇ ਸਤਾਏ ਲੋਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਉਂ ਆਇਆ ਕਹਿਣ ਲੱਗੇ। ਦੂਜਾ ਹਮਲਾ ਕੀਤਾ ਸਢੌਰੇ ਉੱਤੇ। ਇਹ ਗੱਲ ਭੈਣੋ ਨੋਟ ਕਰ ਲਓ, ਮਾਂ ਬੱਚੇ ਨੂੰ ਸਵਾਲ ਕਰੇ ਤੇ ਬੱਚਾ ਪੁੱਛੇਗਾ ਮਾਂ ਬਾਬਾ ਜੀ ਨੇ ਕਿਉਂ ਹਮਲਾ ਕੀਤਾ ਸਮਾਣੇ ਉੱਤੇ। ਗੱਲ ਦੇ ਨਾਲ ਲਾ ਕੇ ਮੇਰੀ ਉਹ ਭੈਣੋ ਇਹ ਗੱਲ ਸਮਝਾਉਣੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਤਲਵਾਰ ਚਲਾਉਣ ਵਾਲਾ, ਤੇਰੇ ਵੱਡਿਆਂ ਵੀਰਾਂ ਦੇ ਉੱਤੇ ਬਾਬਾ ਜੋਰਾਵਰ ਸਿੰਘ ਦੇ ਫਤਿਹ ਦੇ ਉੱਤੇ ਤਲਵਾਰਾਂ ਚਲਾਉਣ ਵਾਲੇ ਜਲਾਦ ਇੱਥੇ ਰਹਿੰਦੇ ਸੀ, ਬਾਬਾ ਜੀ ਨੇ ਬਦਲਾ ਲੈ ਲਿਆ। ਜਦੋਂ ਦੂਜਾ ਗੁਰੂ ਪ੍ਰਵਾਨਾ ਕੱਢਿਆ, ਕਲਗੀਧਰ ਨੇ ਮੋਹਰ ਲਾ ਕੇ ਬਚਨ ਕੀਤਾ ਸੀ ਹੋਰ ਜੋ ਮਰਜ਼ੀ ਕਰੀ, ਪਰ ਮੇਰੇ ਮਿੱਤਰ 5 ਨਮਾਜ਼ਾਂ ਦੇ ਪੱਕੇ ਧਾਰਨੀ ਪੀਰ ਫੁੱਦੂ ਸ਼ਾਹ ਜੀ ਦੇ 4 ਪੁੱਤਰ ਤੇ 5ਵਾਂ ਪੀਰ ਧਰਮ ਦੇ ਉੱਤੋਂ ਆਪਾ ਕੁਰਬਾਨ ਕਰ ਗਿਆ ਸਢੌਰੇ ਨੂੰ ਤਬਾਹ ਕਰਕੇ। ਪੀਰ ਫੁੱਦੂ ਸ਼ਾਹ ਦੀ ਸ਼ਹਾਦਤ ਦਾ ਬਦਲਾ ਲੈਣਾ ਹੈ। ਦੂਜਾ ਹਮਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਦੇ ਉੱਤੇ ਕੀਤਾ, ਤੀਜਾ ਹਮਲਾ ਫਤਿਆਂਬਾਦ ਦੇ ਉੱਤੇ ਕੀਤਾ, ਚੌਥਾ ਹਮਲਾ ਕਪੂਰੀ ਸ਼ਹਿਰ ਦੇ ਉੱਤੇ ਕੀਤਾ, 5ਵਾਂ ਹਮਲਾ ਛੱਤ ਬੀੜ ਦੇ ਉੱਤੇ ਕੀਤਾ ਤੇ 6ਵਾਂ ਕਰਮਾਂ ਵਾਲੇ ਛੱਤ ਤੇ ਬੀੜ ਤੇ 6ਵਾਂ, 5ਵਾਂ ਤੇ 6ਵਾਂ ਤੇ 7ਵਾਂ ਹਮਲਾ ਕੀਤਾ ਚੰਡੀਗੜ੍ਹ ਦੇ ਇਲਾਕੇ ਵਿੱਚ ਬਨੂੜ ਸ਼ਹਿਰ ਦੇ ਉੱਤੇ। ਭੁਲੇਖੇ ਕੱਢਣ ਦਾ ਇੱਕ ਸੁਭਾਅ ਹੈ। ਕਈ ਬਜ਼ੁਰਗ ਕਹਿੰਦੇ ਮੇਜਰ ਸਿੰਘ ਪ੍ਰਸੰਗ ਬੜਿਆਂ ਕੋਲੋਂ ਸੁਣਿਆ, ਇੱਕ ਭੁਲੇਖਾ ਰਹਿ ਜਾਂਦਾ ਹੈ ਕਿ ਜਿਹੜੀ ਸੂਬਾ ਸਰਹੰਦ ਨੂੰ ਚਿੱਠੀ ਲਿਖੀ ਉਹ ਕਦੋਂ ਲਿਖੀ ਤੇ ਕਿੱਥੋਂ ਲਿਖੀ। ਇਹ ਇਤਿਹਾਸ ਦੀਆਂ ਖੋਜਾਂ ਨੇ, ਇਹ ਤੁਹਾਡੀਆਂ ਅਸੀਸਾਂ ਨੇ, ਇਹ ਤੁਹਾਡਾ ਪਿਆਰ ਹੈ ਖਾਲਸਾ ਜੀ, ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਮੈਂ ਦੱਸ ਕੇ ਜਾਵਾਂਗਾ। ਇੱਧਰੋਂ ਮਰਵਈ ਸਿੰਘ, ਬਾਬਾ ਆਲੀ ਸਿੰਘ, ਬਾਬਾ ਮਾਲੀ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਕਾਨ ਸਿੰਘ, ਭਾਈ ਬਿਨੋਦ ਸਿੰਘ, ਇਹ ਮਲਵਈ ਸੂਰਮੇ ਸੀ, ਬਾਬਾ ਸ਼ਰਜਾ ਸਿੰਘ ਜੀ ਮਝੈਲ ਤੇ ਇੱਧਰੋਂ ਦੁਆਬੀਏ ਸਿੰਘ, 15,000 ਦੀ ਗਿਣਤੀ ਵਿੱਚ ਢਾਏ ਹੋਏ ਬਨੂੜ ਦੇ ਥੇ ਦੇ ਉੱਤੇ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਆ। 7 ਸ਼ਹਿਰ ਤਬਾਹ ਕੀਤੇ, 28 ਅਪ੍ਰੈਲ ਦਾ ਸੂਰਜ ਚੜਿਆ ਹੈ, ਮਹਾਰਾਜ ਦੀ ਬਾਣੀ ਦਾ ਕਰਕੇ ਪ੍ਰਕਾਸ਼, ਲਓ ਜੀ ਕਿਹੜਾ ਪ੍ਰਸ਼ਾਦੀਆਂ ਦੇਗਾ ਤਿਆਰ ਕੀਤੀਆਂ ਗਈਆਂ, ਆਸਾ ਜੀ ਦੀ ਵਾਰਤਾ ਸੁਣ ਕੇ ਕੀਰਤਨੀ ਸਿੰਘਾਂ ਨੇ ਕੀਰਤਨ ਕੀਤਾ, ਪਿਆ ਭੋਗ ਲਿਆ, ਹੁਕਮਨਾਮਾ ਕੀਤੀ ਅਰਦਾਸ ਪਾਈ, ਨਗਾਰੇ ਤੇ ਚੋਟ ਪੰਥ ਦਾ ਜੱਥੇ ਦਾ ਉੱਠ ਕੇ ਖੜਾ ਹੋ ਗਿਆ। ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਚਿਹਰਾ ਵੇਖਣ ਵਾਲਾ ਹੈ, ਅੱਜ ਉਹਦੇ ਲੂੰ ਕੰਡੇ ਫੜਕਦੇ ਦੌੜੇ, ਅੱਖਾਂ ਦੇ ਵਿੱਚ ਇੱਕ ਅਨੋਖਾ ਜਿਹਾ ਜਲਾਉ ਤੱਕਣ ਵਾਲਾ ਹੈ, ਖਿੱਚ ਕੇ ਮਿਆਨ ਦੇ ਵਿੱਚ ਕਿਰਪਾਨ ਕਹਿੰਦਾ ਬਲੀ ਬਹਾਦਰ ਜੋ ਦਿਓ, ਇਹ ਛੋਟੀਆਂ ਛੋਟੀਆਂ ਖੇਡਾਂ ਖੇਡ ਲਈਆਂ, ਜ਼ਾਲਮਾਂ ਨੂੰ ਲੋਹੇ ਦੇ ਚਣੇ ਚਮਾ ਦਿੱਤੇ। ਵਾਰੀ ਆ ਗਈ ਇਹ ਸੂਬਾ ਇਹ ਸਰਹੰਦ ਦੀ, ਸਿੱਖ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ। ਮੈਂ ਆਪਣੇ ਬਚਪਨ ਤੋਂ ਲੈ ਕੇ 16 ਸਾਲ ਦੀ ਉਮਰ ਸੀ ਖਾਲਸਾ ਜੀ ਜਿੱਦਣ ਸਰਹੰਦ ਨੂੰ ਤੁਰ ਪਏ ਸਾਂ, ਅੱਜ 47 ਸਾਲ ਦੀ ਉਮਰ ਹੋ ਗਈ ਹੈ, ਜ਼ਿੰਦਗੀ ਦੇ 30-31 ਸਾਲ ਹੋ ਗਏ ਨੇ,
ਉਹਦਾ ਮਹੀਨਾ 80 ਪਿੰਡਾਂ ਦੇ ਲੋਕ ਜਿਹੜੇ ਸਰਹੰਦ ਦੇ ਦੁਆਲੇ ਦੁਆਲੇ ਆ ਨਾ ਅੱਜ ਵੀ ਕੋਈ ਖੁਸ਼ੀ ਦਾ ਸਮਾਗਮ ਨਹੀਂ ਰੱਖਦੇ ਉਹਦੇ ਮਹੀਨੇ ਵਿੱਚ ਅੱਜ ਕਿਸੇ ਘਰ ਵਿੱਚ ਸਬਜ਼ੀ ਨੂੰ ਤੁੜਕਾ ਨਹੀਂ ਲੱਗਦਾ ਨਿੱਕੇ ਨਿੱਕੇ ਬੱਚੇ ਕਹਿੰਦੇ ਮਾਂ ਰੋਜ਼ ਹੀ ਦਾਲ ਬਣਾ ਲੈਂਦੇ ਹੋ ਸਿਆਣੀ ਮਾਂ ਪੋਤਰੇ ਤੇ ਪੋਤਰੀ ਨੂੰ ਗਲ ਨਾਲ ਲਾ ਕੇ ਕਹਿੰਦੀ ਬੱਚਿਆ ਸ਼ੁਕਰ ਕਰ ਗੁਰੂ ਦਾ ਤੈਨੂੰ ਪੋਦੇ ਮਹੀਨੇ ਵਿੱਚ ਦਾਲ ਨਾਲ ਰੋਟੀ ਲੱਭਦੀ ਹੈ ਮਾਂ ਗੁਜਰੀ ਤੇ ਉਹਦੇ ਪੋਤਰਿਆਂ ਨੂੰ ਤੇ ਕਿਸੇ ਨੇ ਅਚਾਰ ਨਾਲ ਵੀ ਰੋਟੀ ਨਹੀਂ ਸੀ ਖਵਾਈ ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਸਿੱਖ ਨੂੰ ਇਹਨਾਂ ਗੱਲਾਂ ਦੀ ਸਮਝ ਪੈ ਗਈ ਨਾ ਉਦੋਂ ਫਿਰ ਖਾਲਸਾ ਜੀ ਝਗੜੇ ਖਤਮ ਹੋ ਜਾਣੇ ਆ ਤੁਹਾਨੂੰ ਖਾਲਿਸਤਾਨ ਮੰਗਣਾ ਨਹੀਂ ਪੈਣਾ ਪੂਰੀ ਦੁਨੀਆ ਨੇ ਖਾਲਿਸਤਾਨ ਬਣ ਜਾਣਾ ਬਾਬਾ ਨਾਨਕ ਨੀਂਹ ਰੱਖ ਗਿਆ ਏ ਤੇ ਉਹੋ ਜਿਹੇ ਆਸਾਰ ਬਣਦੇ ਜਾ ਰਹੇ ਨੇ ਆ ਦੇਖੋ ਤੁਸੀਂ ਰਲ ਕੇ ਏਕਤਾ ਦੇ ਵਿੱਚ ਇੱਕ ਵਾਰੀ ਵਜੀ ਨਾਨਕ ਦੇਵ ਜੀ ਮਹਾਰਾਜ ਉੜੀਸਾ ਦੀ ਧਰਤੀ ਵਿੱਚ ਗਏ ਨੇ ਤੇ ਜਦੋਂ ਜਗਨਨਾਥ ਦੇ ਮੰਦਿਰ ਪੂਰੀ ਸ਼ਹਿਰ ਦੇ ਵਿੱਚ ਪੰਡਿਆਂ ਨੇ ਕਿਹਾ ਉਹ ਮਹਾਰਾਜ ਆਰਤੀ ਕਰੀਏ ਕਹਿੰਦੇ ਤੁਸੀਂ ਪੱਥਰ ਦੀ ਕਰੋ ਮੈਂ ਅਸਲੀ ਜਗਨ ਦੇ ਨਾਥ ਦੀ ਆਰਤੀ ਕਰਾਂਗਾ ਉਸ ਵੇਲੇ ਕਿਉਂਕਿ ਪੂਰੇ ਵਿਸ਼ਵ ਨੇ ਇੱਕ ਹੋਣਾ ਹੈ ਤੇ ਹਰ ਦੇਸ਼ ਦਾ ਆਪਣਾ ਰਾਸ਼ਟਰੀ ਗੀਤ ਹੈ ਜਿੱਦਣ ਵਿਸ਼ਵ ਇੱਕ ਹੋ ਗਿਆ ਉਹਦਾ ਰਾਸ਼ਟਰੀ ਗੀਤ ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲੇਗਾ ਖਾਲਸਾ ਜੀ ਮਹਾਰਾਜ ਨੇ ਉਸ ਵੇਲੇ ਉੜੀਸਾ ਦੀ ਧਰਤੀ ਪੂਰੀ ਮੰਦਿਰ ਦੇ ਅੱਗੇ ਬਹਿ ਕੇ ਗਗਨ ਮਹਿਥਾਰ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੰਦਰਾਏ ਫਲੰਦ ਜੋਤੀ ਇਹ ਪੂਰਾ ਸ਼ਬਦ ਪੜਿਆ ਕਰੋ ਜਿੱਦਣ ਖਾਲਿਸਤਾਨ ਕਹਿਣ ਤੋਂ ਭਾਵ ਕਿ ਸਾਰੀ ਦੁਨੀਆ ਨੇ ਖਾਲਿਸਤਾਨ ਦੇ ਅਰਥ ਕੀ ਨੇ ਖਾਲਸਾ ਜੀ ਖਾਲਸ ਬਣ ਜਾਣਾ ਝੂਠ ਖਤਮ ਹੋ ਜਾਣਾ ਇੱਥੇ ਈਰਖਾ ਤੇ ਨਿੰਦਾ ਤੇ ਪਾਪਾਂ ਦੀਆਂ ਜਿਹੜੀਆਂ ਪੰਡਾਂ ਅਸੀਂ ਚੱਕੀ ਫਿਰਦੇ ਉਹ ਖਤਮ ਹੋ ਜਾਣੀਆਂ ਉਸ ਵੇਲੇ ਇਹ ਰਾਸ਼ਟਰੀ ਗੀਤ ਰੱਬੀ ਬਾਣੀ ਦੇ ਵਿੱਚੋਂ ਪੜਿਆ ਜਾਣਾ ਹੈ ਮਨੁੱਖ ਨੂੰ ਮਨੁੱਖ ਦੀ ਕਦਰ ਹੋ ਜਾਣੀ ਹੈ ਤੇ ਇੱਥੇ ਕਿਸੇ ਦੇ ਹਾਏ ਦੀ ਆਵਾਜ਼ ਕੰਨਾਂ ਵਿੱਚ ਨਹੀਂ ਪੈਣੀ ਫਿਰ ਗੱਜ ਕੇ ਕਹਿ ਦਿਓ ਸਤਨਾਮ ਇਸ ਕਰਕੇ ਮੈਂ ਬੇਨਤੀ ਕਰਦਾ ਜਾਵਾਂ ਬਨੂੜ ਦੀ ਧਰਤੀ ਤੋਂ ਢਾਡੀ ਕਲਾ ਦੀ ਰੀਤ ਕਹਿਣ ਲੱਗਾ ਇਹ ਹਜ਼ਾਰਾਂ ਸਾਲ ਪੁਰਾਣੀਆਂ ਸੈਂਕੜੇ ਸਾਲ ਪੁਰਾਣੀਆਂ ਰੀਤਾਂ ਨੇ ਔਰ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆਉਂਦੀਆਂ ਨੇ ਠੀਕ ਹੈ ਅੱਜ ਢਾਡੀ ਕਲਾ ਨੂੰ ਵਿਗਾੜਨ ਵਾਸਤੇ ਜਿਹੜੇ ਵਿਗਾੜ ਰਹੇ ਨੇ ਉਹਨਾਂ ਨੂੰ ਮਾਇਆ ਬੜੀ ਮਿਲ ਰਹੀ ਹੈ ਦੂਸਰਿਆਂ ਲੋਕਾਂ ਦੇ ਕੋਲੋਂ ਕਿਉਂਕਿ ਢੱਡਦਾ ਰਿਦਮ ਆਪਣਾ ਹੈ ਤੇ ਤਬਲੇ ਦਾ ਖਾਲਸਾ ਜੀ ਆਪਣਾ ਹੈ ਇੱਥੇ ਇਹੋ ਜਿਹੇ ਵੀ ਤੁਰੇ ਫਿਰਦੇ ਨੇ ਜਿਹੜੇ ਢੱਡ ਨੂੰ ਛੱਡ ਕੇ ਕਹਿਣਾ ਢਾਡੀ ਤੇ ਗੱਲਾਂ ਕੁਝ ਹੋਰ ਮੇਰਾ ਸਤਿਗੁਰੂ ਕਿਰਪਾ ਕਰੇ ਢਾਡੀ ਕਲਾ ਵਿਗੜਨੀ ਨਹੀਂ ਕਿਉਂਕਿ ਤੀਜੇ ਗੁਰਾਂ ਨੇ ਕਿਹਾ ਸੀ ਹਾਂ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰਪਾਇਆ ਜਿਹੜੀ ਕਲਾ ਇਹਨਾਂ ਬੰਦੇ ਦੇ ਅੰਦਰੋਂ ਵਿਕਾਰਾਂ ਦਾ ਨਾਸ਼ ਕਰਕੇ ਤੇ ਉੱਥੇ ਸੱਚ ਦਾ ਪ੍ਰਕਾਸ਼ ਕਰਦੀ ਹੈ ਤੇ ਉਸ ਗੱਲ ਦੀ ਫਿਰ ਕਦਰ ਹੁੰਦੀ ਹੈ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਧੁੰਦ ਦੇ ਬੱਦਲ ਉੱਡ ਜਾਂਦੇ ਨੇ ਤੇ ਜਿਹੜਾ ਸੱਚ ਹੈ ਸਾਧ ਸੰਗਤ ਜੀ ਉਹ ਫਿਰ ਐਨ ਚੰਦਰਮਾ ਬਣ ਕੇ ਚਮਕਦਾ ਹੈ ਆਓ ਚੱਲੀਏ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਹੈ ਸਰਹੰਦ ਉੱਤੇ ਹਮਲਾ ਕਰਨ ਤੋਂ ਪਹਿਲਾਂ ਜਦੋਂ ਸਰਹੰਦ ਦਾ ਨਾਮ ਜਾਂਦੇ 15,000 ਕੀ ਬੁੱਢਾ ਕੀ ਜਵਾਨ ਕੀ ਬੱਚਾ ਉਹਨਾਂ ਦੇ ਨੇਤਰਾਂ ਵਿੱਚ ਜਵਾਲਾ ਭਾ ਫੁੱਟੀ ਕਿਰਪਾਨਾਂ ਦੇ ਉੱਤੇ ਹੱਥ ਚਲੇ ਗਏ ਖਿੱਚ ਲਈਆਂ ਮੈਂ ਇਹਨਾਂ ਵਿੱਚੋਂ ਕਿਰਪਾਨਾ ਬਾਬਾ ਜੀ ਹੁਕਮ ਦੇਵੋ ਕੜਾ ਪ੍ਰਸ਼ਾਦ ਦੇ ਇਕੱਠੇ ਆਣ ਕੇ ਛੱਡਾਂਗੇ ਪਹਿਲਾਂ ਮਜੀਦ ਖਾਂ ਦੀ ਧੌਣ ਤੇ ਗੋਡਾ ਦੇ ਕੇ ਨੱਕ ਵਿੱਚ ਨੱਥ ਪਾ ਕੇ ਵਾਪਸ ਮੁੜੀਏ ਕਹਿੰਦਾ ਨਹੀਂ ਉਹ ਸਿੰਘੋ ਏਦਾਂ ਹਮਲਾ ਕੀਤਾ ਵੈਰੀ ਦੇ ਮਨ ਵਿੱਚ ਭੁਲੇਖਾ ਤੇ ਇਤਿਹਾਸ ਵਿੱਚ ਵੱਟਾ ਲੱਗ ਜਾਵੇਗਾ ਕਿ ਸਿੰਘ ਚੋਰਾਂ ਵਾਂਗੂ ਛੁਪ ਕੇ ਆ ਗਏ ਫਿਰ ਕੀ ਕਰਨਾ ਹੈ ਪੰਥ ਫੈਸਲਾ ਕਰੇਗਾ ਉਹਨੂੰ 15 ਦਿਨ ਦਾ ਟਾਈਮ ਦੇ ਕੇ ਇੱਕ ਚੜ੍ਹਾਈ ਦੀ ਚਿੱਠੀ ਲਿਖੀ ਲਾਵੇਗੀ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਕੀਤੇ ਹੋਏ ਪਾਪਾਂ ਨੂੰ ਤੜਫ ਤੜ ਕੇ ਉੱਠੇਗਾ ਰਾਤ ਨੂੰ ਚਿੱਠੀ ਕੌਣ ਲਿਖੇ ਪੰਥ ਨੇ ਫੈਸਲਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਲਓ ਜੀ ਕਾਗਜ਼ ਕਲਮ ਸ਼ਾਹੀ ਦੀ ਭਾਈ ਦਵਾਟ ਗੁਰੂ ਚਰਨਾਂ ਵਿੱਚ ਕਰਕੇ ਅਰਦਾਸ ਢਾਡੀ ਕਲਾ ਦੀ ਰੀਤ ਹੈ ਸੁਰ ਮਿਰਜਾ ਕਈ ਵਾਰੀ ਏਦਾਂ ਦੇ ਬਾਬੇ ਵੀ ਟੱਕਰ ਜਾਂਦੇ ਆ ਮੁਆਫ ਕਰਨਾ ਕੰਮਾਂ ਵਾਲੇ ਹੋ ਕਹਿੰਦੇ ਪੁੱਤਰ ਮਿਰਜ਼ਾ ਤੇ ਸੁਣਿਆ ਸੀ ਸੁਰ ਮਿਰਜ਼ਾ ਪਹਿਲੀ ਵਾਰ ਸੁਣਨ ਲੱਗੇ ਆ ਮੈਂ ਕਿਹਾ ਉਹ ਮੁਹੰਮਦ ਸਦੀਕ ਗਾਉਂਦਾ ਸੀ ਜਾਂ ਕੋਈ ਹੋਰ ਗਾਉਂਦਾ ਹੋਵੇਗਾ ਬਾਪੂ ਕਦੇ ਸੁਰ ਮਿਰਜ਼ਾ ਵੀ ਸੁਣ ਕੇ ਵੇਖੀ ਕਿ ਢਾਡੀ ਕਲਾ ਏ ਇਸ ਕਲਾ ਨੂੰ ਖਾਲਸਾ ਜੀ ਚੋਰੀ ਕਰਕੇ ਬੜਿਆ ਤਰੀਕਿਆਂ ਦੇ ਨਾਲ ਬੜਿਆ ਨੇ ਪੈਸਾ ਕਮਾਇਆ ਪਰ ਇਹ ਕਲਾ ਜਿਹੜੀ ਅਮਰ ਰਹਿਣੀ ਏ ਜੋ ਮਾਲਕ ਨੇ ਦਿੱਤਾ ਏ ਜੋ ਵੱਡਿਆਂ ਨੇ ਦਿੱਤਾ ਏ ਉਸ ਰੀਤ ਵਿੱਚੋਂ ਮੈਂ ਸੁਰ ਮਿਰਜ਼ਾ ਕਹਿਣ ਲੱਗਾ ਇਹਦੇ ਅਰਥ ਕਿਤੇ ਆਪਾਂ ਫਿਰ ਕਰਾਂਗੇ ਘੜੀ ਦੀ ਸੂਈ ਕਿਸੇ ਦਾ ਲਿਹਾਜ਼ ਨਹੀਂ ਉਹ ਕਰਦੀ ਦੋ ਚਾਰ ਮਿੰਟ ਲੱਗਦਾ ਕਿਉਂਕਿ ਦੂਰੋਂ ਦੂਰੋਂ ਸਰਪਾਈਆਂ ਸੁਰ ਮਿਰਜ਼ਾ ਕਹਿ ਕੇ ਤੇ 5 ਮਿੰਟਾਂ ਵਿੱਚ ਵਾਰ ਕੇ ਤੁਹਾਡਾ ਹੁਕਮ ਹੋ ਜਾਏਗਾ ਆਪਣੇ ਆਪ ਕਦੇ ਅਵਗਿਆ ਨਹੀਂ ਕਰਨੀ ਵਿੱਚ ਸੰਗਤ ਹਰ ਪ੍ਰਭ ਵਸੇ ਸੀ ਨਹੀਂ ਤੇ ਇੱਥੇ ਇਤਿਹਾਸ ਹੋ ਕਿਉਂਕਿ ਮਿਰਜ਼ਾ ਕਹਿ ਕੇ ਟਾਈਮ ਹੋ ਜਾਣਾ ਹੁਕਮ ਹੋਵੇਗਾ ਤੇ ਵਾਰ ਕਵਾਂਗਾ ਵਾਹਿਗੁਰੂ ਨੇ ਕੀਤੀ ਇਹ ਕਿਰਪਾ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦੀ ਪਾਪਿਆ ਖਲੋਤਾ 5 ਸਿੰਘਾਂ ਤੋਂ ਹੁਕਮ ਲੈ ਕੇ ਪੰਥ ਦਾ ਜਥੇਦਾਰ ਮਾਂ ਗੁਜਰੀ ਤੇ ਬਾਬਾ ਜੋੜਾਵਰ ਸਿੰਘ ਫੰਦੇ ਸਿੰਘ ਦਾ ਬਦਲਾ ਲੈਣ ਵਾਸਤੇ ਵਜੀਦ ਖਾਂ ਨੂੰ ਚਿੱਠੀ ਦੇਖ ਰਹੇ